ਹਾਂਜੀ ਦੋਸਤੋ ਅਸੀਂ ਖੜੇ ਆ ਮਾਝੇ ਦੇ ਉਸ ਇਲਾਕੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਿੰਡ ਸਭਰਾ ਜਿੱਥੇ ਪਿਛਲੇ ਦਿਨੀ ਜਿਹੜਾ ਉਹ ਬਾਹਨ ਟੁੱਟਣ ਦੇ ਕਾਰਨ ਜਿਹੜੀ ਤਬਾਹੀ ਉਹ ਭਾਰੀ ਇਥੇ ਮੱਚੀ ਸੀਗੀ तकरीबन ਨੇ ਲਾਗੇ ਤਾਂ ਅਗੇ ਤੇ 50 ਪਿੰਡਾਂ ਦੇ ਵਿੱਚ ਜਿਹੜਾ ਸੀਗਾ ਉਸ ਇਸ ਪਾਣੀ ਨੇ ਜਿਹੜੀ ਮਾਰ ਮਾਰੀ ਸੀ ਅੱਜ ਤਕਰੀਬਨ ਪਾਣੀ ਕਾਫੀ ਗਿਣਤੀ ਦੇ ਵਿੱਚ ਮਾਤਰਾ ਦੇ ਵਿੱਚ ਜਿਹੜਾ ਉਹ ਘਟ ਗਿਆ ਪਰ ਫਿਰ ਵੀ ਪਾਣੀ ਘਟਣ ਦੇ ਨਾਲ ਜੋ ਤਬਾਈ ਆ ਉਹ ਤੁਸੀਂ ਦੇਖ ਸਕਦੇ ਹੋ ਆ ਝੋਨੇ ਸੀਗੇ ਜਿਹੜੇ ਬਿਲਕੁਲ ਜਿਹੜੇ ਉਹ ਨਿਸਰਨ ਦੇ ਕੰਢਿਆਂ ਤੇ ਖੜੇ ਸੀਗੇ ਵੀ ਇਹਨਾਂ ਦੇ ਅੱਜ ਭਲਕੇ ਨਾਲ ਨਿਸਰਨਾ ਸੀਗੇ ਪਰ ਹੁਣ ਇਹ ਪਾਣੀ ਦੀ ਲਪੇਟ ਵਿੱਚ ਆਣ ਕਰਨਾ ਕਿੰਨੇ ਇਹਨਾਂ ਦਾ ਨੁਕਸਾਨ ਜਿਹੜੇ ਉਹ ਬਿਲਕੁਲ ਖਤਮ ਹੋ ਚੁੱਕੇ ਆ ਆ ਸਾਰਾ ਏਰੀਆ ਜਿਹੜਾ ਸੀਗਾ ਉਹ ਝੋਨੇ ਦਾ ਸੀਗਾ तकरीबन ਹਰੇਕ ਕਿਸਾਨ ਦੇ ਸੀਗੇ ਜਿਹੜੇ ਅੱਗੇ ਤੇ ਝੋਨੇ ਹੋਣ ਕਾਰਨ ਮਤਲਬ ਨਿਸਰ ਦੇ ਕਿਨਾਰੇ ਸੀਗੇ ਤੇ ਹੁਣ ਪਾਣੀ ਪੈਣ ਕਾਰਨ ਇਸ ਦਾ ਨੁਕਸਾਨ ਜਿਹੜਾ ਹੋਇਆ ਇਹ ਸੜਕ ਤੋਂ ਦੂਜੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਝੋਨੇ ਦਾ ਵੀ ਕਿੰਨਾ ਨੁਕਸਾਨ ਆ ਜਿਹੜਾ ਇਹ ਹੋਇਆ ਇਹ ਦੁਬਾਰਾ ਇਹ ਝੋਨਾ ਖੜਾ ਨਹੀਂ ਹੋਣਾ ਇਹਨੂੰ ਬਾਹ ਕੇ ਕੋਈ ਹੋਰ ਫਸਲ ਜੇ ਤਾਂ ਪਾਣੀ ਜਲਦੀ ਸੁੱਕ ਗਿਆ ਤਾਂ ਹੇ ਕੋਈ ਤੌਰ ਗਿਆ ਵਗੈਰਾ ਜਾਂ ਕੋਈ ਸਰੋਂ ਵਗੈਰਾ ਬੀਜੀ ਜਾਊਗੀ ਪਰ ਜੇ ਜਿੰਨਾ ਜਿਹੜੇ ਨੀਵੇਂ ਇਲਾਕੇ ਨੇ ਜਿਵੇਂ ਤੁਸੀਂ ਆਓ ਸਾਹਮਣੇ ਦੇਖ ਸਕਦੇ ਹੋ ਜਿੱਥੇ ਪਾਣੀ ਜ਼ਿਆਦਾ ਖੜੋਤਾ ਉਹਨਾਂ ਇਲਾਕਿਆਂ ਦੇ ਵਿੱਚ ਝੋਨਾ ਤਾਂ ਹੁਣ ਹੋਣਾ ਨਹੀਂ ਝੋਨੇ ਦਾ ਟਾਈਮ ਲੰਘ ਗਿਆ ਤੇ ਕਣਕ ਬੀਜਣ ਦਾ ਜਿਹੜਾ ਸਮਾਂ ਵਾ ਉਹ ਪਰਮਾਤਮਾ ਵੱਲੋਂ ਦੇ ਮਿਲ ਜੇ ਤੇ ਬਹੁਤ ਜਿਹੜਾ ਉਹ ਸ਼ੁਕਰਗੁਜ਼ਾਰ ਜਿਹੜੇ ਹੋਵਾਂਗੇ ਵੀ ਕਣਕ ਬੀਜੀ ਜਾਵੇ ਕਿਉਂਕਿ ਝੋਨੇ ਦਾ ਟਾਈਮ ਜਿਹੜਾ ਉਹ ਲੰਘ ਚੁੱਕਾ ਤੇ ਬਿਲਕੁਲ ਜਿਹੜਾ ਪੱਕਣ ਕਿਨਾਰੇ ਹੋਰ 2 ਮਹੀਨਿਆਂ ਨੂੰ ਇਹੀ ਝੋਨਾ ਮੰਡੀਆਂ ਦੇ ਵਿੱਚ ਜਾਣਾ ਸੀ ਤੇ ਪਰ ਅੱਜ ਤੁਸੀਂ ਇਸ ਝੋਨੇ ਦੇ ਹਾਲਾਤ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਲਕੁਲ ਐਨ ਖਤਮ ਹੋ ਗਿਆ ਝੋਨਾ ਤੇ ਇਹਨਾਂ ਲੋਕਾਂ ਨੂੰ ਜਿਹੜੇ ਇਹ ਲੋਕ ਆ ਜਿਨ੍ਹਾਂ ਨੇ ਇੰਨਾ ਖਰਚਾ ਕੀਤਾ ਜਿਹੜਾ ਆਪਾਂ ਕਹਿੰਨੇ ਆ ਕਿ ਜਿਨ੍ਹਾਂ ਦੇ ਝੋਨਾ ਜੇ ਲਾਈ ਜਾਂਦੇ ਸੇ ਉਹ ਝੋਨਾ ਮਰ ਗਿਆ ਚਲੋ ਫਿਰ ਵੀ ਉਹਨਾਂ ਦਾ ਖਰਚਾ ਘਟ ਆਇਆ ਇਹਨਾਂ ਲੋਕਾਂ ਨੇ ਖਾਦਾਂ ਦਵਾਈਆਂ ਸਾਰਾ ਤਕਰੀਬਨ ਜਿਹੜਾ ਸਪਰੇਅ ਆ ਝੋਨੇ ਦਾ ਉਹ ਕੀਤਾ ਹੋਇਆ ਸੀਗਾ ਇੱਕ ਕਿੱਲੇ ਦੇ ਉੱਤਰ ਤਕਰੀਬਨ 25 ਤੋਂ 30000 ਰੁਪਏ ਜਿਹੜਾ ਖਰਚਾ ਉਹ ਇਹਨਾਂ ਲੋਕਾਂ ਦਾ ਆ ਗਿਆ ਸੀਗਾ ਤੇ ਇਹ ਲੋਕ ਨੂੰ ਘੱਟੋ ਘੱਟ ਵੀ ਜੇ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇੱਕ ਕਿੱਲੇ ਦਾ ਜੇ 50000 ਵੀ ਮੁਆਵਜ਼ਾ ਮਿਲੇ ਤੇ ਉਹ ਵੀ ਕੋਈ ਇਹਨਾਂ ਦੀ ਖਾਣਾ ਪੂਰਤੀ ਹੋਊਗੀ ਕੋਈ ਇਹਨਾਂ ਵਾਸਤੇ ਉਹ ਜ਼ਿਆਦਾ ਨਹੀਂ ਆਉਏ 5000 ਰੁਪਇਆ ਵੀ ਇਹਨਾਂ ਲੋਕਾਂ ਵਾਸਤੇ ਘਾਟਾ ਕਿਉਂਕਿ ਜਿੰਨਾ ਇਹਨਾਂ ਦਾ ਨੁਕਸਾਨ ਤੁਸੀਂ ਸਾਹਮਣੇ ਆ ਦੇਖ ਸਕਦੇ ਹੋ ਇਹਨਾਂ ਝੋਨਿਆਂ ਦਾ ਹੋਇਆ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਇਲਾਕੇ ਦੇ ਹਾਲਾਤਾਂ ਬਾਰੇ ਵੱਧ ਤੋਂ ਵੱਧ ਲੋਕ ਆ ਜਿਹੜੇ ਉਹ ਜਾਣੂ ਹੋ ਸਕਣ ਤੇ ਤੁਹਾਡੇ ਸਭ ਅੱਗੇ ਅਸੀਂ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਆ ਕੇ ਜਿਹੜਾ ਸਹਿਯੋਗ ਆ ਕੁਝ ਨਾ ਕੁਝ ਆਪਣੇ ਪਿੰਡ ਦੇ ਤੌਰ ਤੇ ਆਪਣੇ ਪਰਿਵਾਰ ਦੇ ਤੌਰ ਤੇ ਜ਼ਰੂਰ ਰਣ ਕੇ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ